ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵੈਲਕਮ ਬੈਕ ਔਨ ਜੀਓ ਕੈਨੇਡਾ ਔਰ ਹਮ ਆਏ ਜੀ ਅੱਜ ਗਲੀਡਨ ਗੁਰੂ ਘਰ ਬ੍ਰੈਂਪਟਨ। ਔਰ ਇੱਕ ਹੰਬਲ ਰਿਕੁਐਸਟ ਆਫ ਸਭ ਸੇ ਕਿ ਅਗਰ ਆਪਣੇ ਵੀਡੀਓ ਕੋ ਕਲਿੱਕ ਕੀਆ ਤੋ ਪਲੀਜ਼ ਵੀਡੀਓ ਕੋ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏ। ਅਗਰ ਆਪ ਕੈਨੇਡਾ ਕੰਟਰੀ ਕੇ ਬ੍ਰੈਂਪਟਨ ਮੇ ਹੈ ਔਰ ਆਪ ਕਿਸੀ ਵੀ ਸਟੇਟਸ ਪਰ ਹੋ, ਚਾਹੇ ਆਪ ਇੰਟਰਨੈਸ਼ਨਲ ਸਟੂਡੈਂਟ ਹੋ, ਚਾਹੇ ਰਿਫਿਊਜੀ ਹੋ, ਔਰ ਆਪਕੋ ਜ਼ਰੂਰਤ ਹੈ ਕੱਚੇ ਰਾਸ਼ਨ ਕੀ ਯਾਨੀ ਕਿ ਗਰੋਸਰੀ ਕੀ, ਤੋ ਆਪ ਯਹਾਂ ਪਰ ਗੁਰਦੁਆਰੇ ਸਾਹਿਬ ਮੇ ਆ ਸਕਤੇ ਹੈ। ਹਰ ਮਹੀਨੇ ਕੇ ਸੈਕਿੰਡ ਸੰਡੇ ਕੋ ਆਪ ਯਹਾਂ ਪਰ ਆ ਸਕਤੇ ਹੈ, ਸੁਬਹ 9 ਵਜੇ ਸੇ ਲੇ ਕੇ ਸ਼ਾਮ ਕੋ 4 ਵਜੇ ਤੱਕ ਗਰੋਸਰੀ ਮਿਲ ਸਕਤੀ ਹੈ ਆਪਕੋ ਯਹਾਂ ਪਰ। ਔਰ ਸਪੈਸ਼ਲ ਥੈਂਕਸ ਖਾਲਸਾ ਐਡ ਵਾਲੋਂ ਕਾ, ਵਾਹਿਗੁਰੂ ਕੋ ਚੜ੍ਹਦੀ ਕਲਾ ਬਖਸ਼ੇ। ਸਮੇਂ ਸਮੇਂ ਪਰ ਕਾਫੀ ਜਗ੍ਹਾ ਪਰ ਯੇ ਔਰ ਵੀ ਗਰੋਸਰੀ ਵਿਤਰਿਤ ਕਰਤੇ ਹੈ, ਜੋ ਹਮ ਆਪਕੋ ਬਤਾਤੇ ਰਹੇਂਗੇ ਆਗੇ। ਔਰ ਜ਼ਿਆਦਾ ਜਾਣਕਾਰੀ ਕੇ ਲਈ ਹਮਾਰੇ ਸਾਥ ਜੁੜ ਰਹੇ ਹੈ ਜੀ ਹਮਾਰੇ ਸੰਧੂ ਸਾਹਿਬ ਔਰ ਗਿੱਲ ਸਾਹਿਬ। ਤੋ ਆਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਅਸੀਂ ਇਹ ਜਾਣਕਾਰੀ ਦੇਣੀ ਚਾਹੁੰਦੇ ਹਾਂ ਜਿਹੜੇ ਬੰਦੇ ਵੀ ਆਪਦੇ ਦਾਲ ਫੁਲਕੇ ਤੋਂ ਜਾਂ ਕੋਈ ਰਾਸ਼ਨ ਪਾਣੀ ਤੋਂ ਤੰਗ ਨੇ, ਇਹ ਖਾਲਸਾ ਐਡ ਵਾਲੇ ਦਾ ਇਹ ਐਡਰੈਸ ਹੈ ਜਿਹੜਾ ਉੱਪਰ ਲਿਖਿਆ ਹੈ, ਗਲੀਡਨ ਗੁਰਦੁਆਰਾ। ਅਤੇ ਹਰ ਮਹੀਨੇ ਦੇ ਦੂਸਰੇ ਐਤਵਾਰ ਇਹਨਾਂ ਨੇ ਮਤਲਬ ਜਿਹੜੇ ਲੋੜਵੰਦ ਆ ਉਹਨਾਂ ਨੂੰ ਇਹ ਸਾਰਾ ਘਰ ਦਾ ਸਮਾਨ ਇਹ ਦੇ ਦਿੰਦੇ ਜੋ ਆਪਾਂ ਨੂੰ ਪੰਜਾਬੀ ਰਸੋਈ ਵਾਸਤੇ ਚਾਹੀਦਾ ਹੁੰਦਾ। ਅਤੇ ਖਾਲਸਾ ਐਡ ਵੱਲੋਂ ਮਤਲਬ ਇਹ ਸੇਵਾ ਹਰ ਮਹੀਨੇ ਦੇ ਦੂਸਰੇ ਐਤਵਾਰ ਹੁੰਦੀ ਆ। ਅਤੇ ਗਲੀਡਨ ਗੁਰਦੁਆਰਾ ਐਡਰੈਸ ਉੱਪਰ ਲਿਖਿਆ, ਅਤੇ ਕੋਈ ਵੀ ਇੱਥੋਂ ਆਪਦਾ ਲੋੜਵੰਦ ਬੰਦਾ ਲੈ ਕੇ ਜਾ ਸਕਦਾ। ਅਤੇ ਜੀਓ ਕਨੇਡਾ ਵਾਲਿਆਂ ਦਾ ਹਾਂ, ਸਟੂਡੈਂਟ ਹੋਵੇ ਕੋਈ ਵੀ ਜਿਹੜਾ ਲੋੜ ਹੈ ਜਿਹਨੂੰ ਤਾਂ ਪ੍ਰਸ਼ਾਦੇ ਦੀ ਪ੍ਰੋਬਲਮ ਆਉਂਦੀ ਹੈ ਅਤੇ ਉਹ ਆਪਦਾ ਪ੍ਰਸ਼ਾਦੇ ਦੀ ਰਸਤੇ ਇੱਥੋਂ ਲਿਜਾ ਸਕਦਾ। ਹਾਂਜੀ, ਜੋ ਵੀ ਖਾਣਾ ਪੀਣਾ ਅਤੇ ਉਹ ਸਾਰਾ ਸਮਾਨ ਲੋੜਵੰਦਾਂ ਨੂੰ ਇੱਥੋਂ ਨਿਸ਼ੁਲਕ ਦਿੱਤਾ ਜਾਂਦਾ ਸਾਰਿਆਂ। ਹਾਂਜੀ ਹਾਂਜੀ, ਬਿਲਕੁਲ ਮੁਫਤ ਦਿੱਤਾ ਜਾਂਦਾ ਅਤੇ ਕੋਈ ਇਹਦਾ ਪੈਸਾ ਨਹੀਂ ਲਿਆ ਜਾਂਦਾ। ਹਰ ਮਹੀਨੇ ਦੇ ਦੂਸਰੇ ਐਤਵਾਰ ਜੀ, ਕਿੰਨੇ ਤੋਂ ਕਿੰਨੇ ਵਜੇ ਤੱਕ? 10:30 ਵਜੇ ਸ਼ੁਰੂ ਹੁੰਦੇ ਆ ਜੀ, ਇਹ ਦੁਪਹਿਰ ਤੱਕ ਕੋਈ 3 ਵਜੇ ਤੱਕ। ਕੀ ਕੀ ਸਮਾਨ ਹੁੰਦੇ ਦੱਸਣਾ ਚਾਹੋ? ਇਹਦੇ ਜੀ ਦਾਲਾਂ, ਆਟਾ, ਜੋ ਹਲਦੀ ਮਸਾਲਾ ਜੋ ਵੀ ਇਹਦੇ ਵਿੱਚ, ਹਾਂ ਜੋ ਵੀ ਰਸਦ ਜਿਹੜੀ ਰਾਸ਼ਨ ਤਿਆਰ ਕਰਨ ਵਾਸਤੇ ਹੁੰਦੀ ਆ ਵੀ ਉਹ ਸਾਰੀ ਦਿੱਤੀ ਜਾਂਦੀ ਹੈ। ਰਾ ਮਟੀਰੀਅਲ ਸਾਰਾ ਘਰ ਦੀ ਪੰਜਾਬੀ ਰਸੋਈ ਦਾ ਅਤੇ ਸਾਰਾ ਇਹ ਦਿੰਦੇ ਆ, ਅਤੇ ਕੋਈ ਇਹ ਪੈਸਾ ਨਹੀਂ ਲੈਂਦੇ, ਬਿਲਕੁਲ ਫਰੀ ਸੇਵਾ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।